ਜਾ ਦਾਣਾ ਮੰਡੀ ਦੇ ਵਿੱਚ ਆਇਆ ਸੀ ਤੁਹਾਨੂੰ ਤਕਰੀਬਨ ਅਸੀਂ ਮੰਡੀਆਂ ਦੀਆਂ ਸਮੱਸਿਆਵਾਂ ਦਿਖਾਲਦੇ ਆ ਹਰ ਚੀਜ਼ ਦਿਖਾਲਦੇ ਆ ਹੁਣ ਜਿਹੜੀ ਇਹ ਲੇਬਰ ਕੰਮ ਕਰ ਰਹੀ ਆ ਦੇਖੋ ਹਰ ਇੱਕ ਬੰਦਾ ਆਪਣੇ ਪੇਟ ਪੂਜਾ ਲਈ ਕੰਮ ਕਰ ਰਿਹਾ ਆ ਕਹਿੰਦੇ ਪਹਿਲਾਂ ਪੇਟ ਪੂਜਾ ਫਿਰ ਕੰਮ ਦੂਜਾ ਅਸੀਂ ਦੇਖਦੇ ਆ ਇੱਥੇ ਆ ਦੇਖੋ ਲਾ ਵਾਹ ਵੇ ਵਾਹ ਆਦਾ ਮੈਂ ਕਹਿੰਦਾ ਬਿਲਕੁਲ ਢਾਬਾ ਹੀ ਬਣਾਇਆ ਹੋਇਆ ਆ ਜਿੱਦਾਂ ਕਹਿ ਲਓ ਢਾਬੇ 'ਤੇ ਕੰਮ ਚੱਲਦਾ ਲੈ ਪਹਿਲਾਂ ਦਾ ਵੀ ਦਿਖਾਈਆ ਦੇਖੋ ਪਤੀਲੇ ਲੱਗੇ ਹੋਏ ਆ ਵਾਹ ਜੀ ਵਾਹ ਵਾਹ ਜੀ ਵਾਹ ਆਹ ਖੀਰ ਬਣਦੀ ਆ ਕਿ ਕਿਆ ਆ ਜੀ ਹਾਂਜੀ ਚੌਲ ਬਣਦਾ ਅੱਛਾ ਚੌਲ ਬਣਾਉਂਦਾ ਚੌਲ ਬਣਾਉਂਦੇ ਆ ਇਕੱਲਾ ਚੌਲ ਹੀ ਆ ਕਿ ਕੁਛ ਹੋਰ ਵੀ ਆ ਚੌਲ ਆ ਦਾਲ ਆ ਹੋਰ ਸਬਜ਼ੀ ਵੀ ਬਣਨਾ ਹਾਂ ਮਤਲਬ ਚੌਲ ਵੀ ਆ ਦਾਲ ਵੀ ਆ ਅਤੇ ਸਬਜ਼ੀ ਵੀ ਆ ਅੱਛਾ ਤੁਹਾਡਾ ਫਿਰ ਇਹੀ ਕੰਮ ਹੁੰਦਾ ਤਿੰਨੇ ਟਾਈਮ ਜਾਂ ਕਿੱਦਾਂ ਇਹੀ ਕੰਮ ਆ ਸਾਡੇ ਰੋਟੀ ਪਾਣੀ ਬਣਾਉਣਾ ਪਾਣੀ ਪਿਲਾਉਣਾ ਬੰਦੇ ਨੂੰ ਅੱਛਾ ਅਤੇ ਠੀਕ ਆ ਫਿਰ ਅੱਛਾ ਗੱਲ ਸੁਣੋ ਫਿਰ ਇਹ ਰੋਟੀ ਪਾਣੀ ਵਰਤਾਉਂਦਾ ਕੌਣ ਆ ਰੋਟੀ ਪਾਣੀ ਜੋ ਆ ਉਹਨਾਂ ਨੂੰ ਖਿਲਾਉਂਦਾ ਕੌਣ ਆ ਤੁਸੀਂ ਅਸੀਂ ਖਿਲਾਉਂਦਾ ਤੁਹਾਡੀ ਡਿਊਟੀ ਆ ਹਾਂਜੀ ਹਾਂਜੀ ਅੱਛਾ ਅਤੇ ਕਿਹੜੀ ਜਗ੍ਹਾ ਤੋਂ ਆ ਤੁਸੀਂ ਅਸੀਂ ਬੰਗਾਲ 'ਚ ਆਈਏ ਬੰਗਾਲ 'ਤੇ ਬੋਲਦੇ ਤੁਸੀਂ ਪੰਜਾਬੀ ਆ ਬੜੀ ਪਿਓਰ ਕਿੰਨੇ ਕੁ ਦੇਰ ਤੋਂ ਆ ਇੱਥੇ ਤੁਸੀਂ ਘੱਟੋ ਘੱਟ 25-30 ਸਾਲ ਹੋ ਗਿਆ ਜੀ ਆਉਂਦੇ ਨੇ ਪੰਜਾਬ 'ਚ ਹਾਂਜੀ ਤਾਂ ਹੀ ਤਾਂ ਤੁਸੀਂ ਸਿੱਧੀ ਪੰਜਾਬੀ ਬੋਲਦੇ ਪਏ ਆ ਹੈ ਫਿਰ ਪੰਜਾਬੀ ਬਣ ਗਏ ਕਿਸਮ ਦੇ ਹੈ ਅਤੇ ਕਿੰਨਾ ਕੁ ਟਾਈਮ ਕਿੰਨੇ ਕੁ ਬੰਦਿਆਂ ਦਾ ਖਾਣਾ ਤਿਆਰ ਕਰ ਲੈਂਦੇ ਆ 50 ਬੰਦਿਆਂ ਦਾ ਖਾਣਾ ਤਿਆਰ ਹੁੰਦਾ ਮਤਲਬ ਇੱਕ ਟਾਈਮ 50 ਬੰਦਿਆਂ ਦਾ ਹਾਂਜੀ ਦੂਜੇ ਟਾਈਮ ਉਹ ਵੀ ਫਿਰ 50 ਬੰਦਾ ਤੀਜੇ ਟਾਈਮ ਫਿਰ ਅਤੇ ਰੋਟੀ ਇਹ ਰੋਟੀ ਰੋਟੀ ਇਹੀ ਕੁਛ ਖਾਂਦੇ ਆ ਕਿ ਰੋਟੀ ਰੋਟੀ ਵੀ ਖਾਂਦੇ ਆ ਅਸੀਂ ਹੈਗੇ ਬੰਦਾ ਹੈਗੇ ਜ਼ਿਆਦਾ ਤਾਂ ਕਰਕੇ ਅਸੀਂ ਚੌਲ ਬਣਾਉਂਦਾ ਜੀ ਅੱਛਾ ਚੌਲ ਦਾਲ ਅਤੇ ਕੜੀ ਕੁੜੀ ਵੀ ਬਣਾ ਲੈਂਦੇ ਕਿਤੇ ਹਾਂ ਹਾਂ ਫਿਰ ਉਹਦੀ ਲੱਸੀ ਲੁੱਸੀ ਨਹੀਂ ਮਿਲਦੀ ਹੋਣੀ ਲੱਸੀ ਇੰਨਾ ਬੰਦਾ ਦਾ ਕਿੱਥੋਂ ਹੋਊਗਾ ਸਾਡੇ ਕੋਲ ਜਾਣੀ ਜ਼ਿਆਦਾ ਤੁਸੀਂ ਰੋਟੀ ਘੱਟ ਅਤੇ ਆਹੀ ਚੀਜ਼ਾਂ ਖਾਂਦੇ ਆ ਜ਼ਿਆਦਾ ਅਸੀਂ ਘਰ ਚੱਲਦਾ ਰੋਟੀ ਅੱਛਾ ਰੋਟੀ ਵੀ ਘੱਟ ਚੱਲਦਾ ਹੈ ਨਾ ਅਤੇ ਆਹ ਫਿਰ ਬਾਲਣ ਫਿਰ ਬਾਲਣ ਲੈ ਕੇ ਆਇਆ ਅੱਛਾ ਪੇੜ ਦਾ ਕੱਟ ਕੇ ਰੱਖਿਆ ਸੀ ਮੈਂ ਕਹਿੰਦਾ ਰੋਟੀ ਵਾ ਇਹ ਸਵਾਦ ਬੜੀ ਲੱਗਦੀ ਹੋਣੀ ਆ ਹੈ ਨਾ ਤੁੜਕੇ ਤੜਕੇ ਵੀ ਲਾਵੇ ਕਿ ਇੱਦਾਂ ਹੀ ਚੱਲਦਾ ਤੁੜਕਾ ਤੜਕਾ ਸਾਰੀ ਕੁਝ ਲਾ ਹੁੰਦਾ ਯਾਨੀ ਕਿ ਟੋਪ ਦੀ ਬਣਾਉਂਦੇ ਆ ਹੈ ਦੇ ਲਓ ਅੱਛਾ ਤੁਸੀਂ ਇਹ ਬਾਹਰ ਹੀ ਬਣਾ ਰਹੇ ਆ ਨਾ ਖੁੱਲ੍ਹੇ ਵਿੱਚ ਖੁੱਲ੍ਹਾ ਹੀ ਬਣਾਉਣਾ ਪੈਂਦਾ ਲਓ ਜੀ ਇਹ ਚੀਜ਼ਾਂ ਤੁਹਾਨੂੰ ਕੋਈ ਚੈਨਲ ਬੜਾ ਘੱਟ ਦਿਖਾਲੇਗਾ ਅਸੀਂ ਕੋਸ਼ਿਸ਼ ਕੀਤੀ ਆ ਕਿ ਮੰਡੀ ਵਿੱਚ ਜਿਹੜੇ ਕੰਮ ਕਰਦੇ ਹੈਗੇ ਆ ਆਹ ਲਓ ਆਹ ਗੋਭੀ ਚੀਰੀ ਉਹ ਆ ਫਿਰ ਗੋਭੀ ਆਲੂ ਹੈ ਆਲੂ ਗੋਭੀ ਵਿੱਚ ਆਲੂ ਲੈ ਮੈਂ ਕਹਿੰਦਾ ਐਨ ਸਵਾਦ ਦਾ ਖਾਣਾ ਹੈ ਫਿਰ ਵਾਹ ਜੀ ਵਾਹ ਬਾਕੀ ਹੈ ਜੀ ਪਹਿਲਾਂ ਜਿਹੜੇ ਸੀਗੇ ਭੱਠੀਆਂ ਚੁੱਲ੍ਹੇ ਚੱਲੇ ਹੁੰਦੇ ਸੀਗੇ ਇਹਨਾਂ ਦੇ ਖਾਣੇ ਇਸ ਤਰ੍ਹਾਂ ਹੀ ਬਣਦੇ ਸੀਗੇ ਔਰ ਤੁਸੀਂ ਦੇਖ ਸਕਦੇ ਆ ਇਹ ਲੱਗੇ ਹੋਏ ਨੇ ਕਿਉਂਕਿ ਉਹਨਾਂ ਦਾ ਫਿਰ ਰੋਟੀ ਦਾ ਵੀ ਟਾਈਮ ਹੋ ਜਾਣਾ ਅੱਜ ਮੈਂ ਸੋਚਿਆ ਕਿਉਂ ਨਾ ਤੁਹਾਨੂੰ ਇਹੀ ਸਭ ਕੁਝ ਦਿਖਾਲਿਆ ਜਾਵੇ ਉਹ ਕੈਸਾ ਹਾਲ ਹੈ ਜੀ ਸਹੀ ਆ ਇਹ ਖਾਣਾ ਦਾਣਾ ਆਪਕੇ ਲਈ ਬਣ ਰਿਹਾ ਹੈ ਹਮਾਰੇ ਲਈ ਬਣ ਰਿਹਾ ਹੈ ਤਿੰਨ ਟਾਈਮ ਡੇਲੀ ਬਣਦਾ ਹੈ ਹਾਂ ਡੇਲੀ ਤਿੰਨ ਟਾਈਮ ਬਣਦਾ ਹੈ ਅੱਛਾ ਬਣਦਾ ਹੈ ਸਹੀ ਬਣਦਾ ਹੈ ਚਲੋ ਠੀਕ ਇਹ ਜਿਹੜਾ ਗਰਚਾ ਦਾਣਾ ਮੰਡੀ ਦਾ ਕੰਮ ਹੈ ਉਹ ਠੀਕ ਠਾਕ ਜਿਹੜਾ ਹੈ ਫਿਲਹਾਲ ਚੱਲ ਰਿਹਾ ਹੈਗਾ ਅਸੀਂ ਇੱਥੋਂ ਪਤਾ ਵੀ ਕੀਤਾ ਹੈਗਾ ਆ ਔਰ ਜਿਹੜੀ ਹੈਗੀ ਆ ਉਹ ਇੱਥੋਂ ਚੁਕਾਈ ਵੀ ਜਿਹੜੀ ਹੈਗੀ ਆ ਉਹ ਹੋ ਰਹੀ ਹੈਗੀ ਆ ਔਰ ਤੁਸੀਂ ਦੇਖ ਸਕਦੇ ਆ ਟਰੱਕ ਜਿਹੜੇ ਖੜ੍ਹੇ ਹੈਗੇ ਆ ਗੱਡੀਆਂ ਜਿਹੜੀਆਂ ਲੋਡ ਹੋ ਰਹੀਆਂ ਹੈਗੀਆਂ ਆ ਫਿਲਹਾਲ ਜਿਹੜਾ ਹੈਗਾ ਕਿ ਗਰਚਾ ਮੰਡੀ ਦੇ ਵਿੱਚ ਜਿਹੜਾ ਉਹ ਕੰਮ ਚੱਲ ਰਿਹਾ ਹੈਗਾ ਔਰ ਟਰੱਕ ਜਿਹੜੇ ਆ ਉਹ ਤੁਸੀਂ ਦੇਖ ਪਾ ਰਹੇ ਹੋ ਨਾਲ ਦੀ ਨਾਲ ਜਿਹੜੀ ਆ ਉਹ ਚੁਕਾਈ ਹੋਈ ਜਾ ਰਹੀ ਆ ਬੇਸ਼ੱਕ ਕੁਝ ਦਿਨਾਂ ਦਾ ਵਕਵਾ ਜਿਹਾ ਪੈ ਗਿਆ ਸੀਗਾ ਜਿਸ ਕਰਕੇ ਜਿਹੜਾ ਕਿ ਮੰਡੀ ਦੇ ਵਿੱਚ ਕਾਫੀ ਅੰਬਾਰ ਲੱਗੇ ਹੋਏ ਆ ਮੰਡੀ ਦੇ ਵਿੱਚ ਜਿਹੜੀ ਸਪੇਸ ਵੀ ਥੋੜ੍ਹੀ ਘੱਟ ਹੈਗੀ ਆ ਮੰਡੀ ਕਾਫੀ ਵੱਡੀ ਹੈਗੀ ਆ ਨਾਲ ਦੀ ਨਾਲ ਜਿਹੜੀ ਆ ਉਹ ਚੁਕਾਈ ਜਿਹੜੀ ਆ ਫਿਲਹਾਲ ਹੋ ਰਹੀ ਆ ਇਸ ਤਰ੍ਹਾਂ ਜਿਹੜੇ ਆ ਇਸ ਤਰ੍ਹਾਂ ਹੀ ਜਿਹੜੀ ਚੁਕਾਈ ਹੁੰਦੀ ਰਿਹਾ ਔਰ ਟਰੱਕ ਜਾਂਦੇ ਹੈਗੇ ਆ ਤਾਂ ਫਿਰ ਇਸ ਦਾ ਮਤਲਬ ਇਹ ਹੋ ਜਾਏਗਾ ਕਿ ਜਿਹੜਾ ਇਹ ਕੰਮ ਹੈਗਾ ਆ ਉਹ ਕਾਫੀ ਜ਼ੋਰਾਂ 'ਤੇ ਜਿਹੜਾ ਆ ਉਹ ਮੰਡੀ ਦਾ ਜਿਹੜਾ ਆ ਫਿਲਹਾਲ ਚੱਲ ਰਿਹਾ ਹੈਗਾ ਆ ਇਹ ਲੇਬਰ ਆਉਂਦੀ ਹੈ ਇਹਨਾਂ ਦਾ ਜਿਹੜਾ ਰਹਿਣ ਸਹਿਣ ਹੈਗਾ ਆ ਉਹ ਵੀ ਅਸੀਂ ਤੁਹਾਨੂੰ ਦਿਖਾ ਰਹੇ ਹੈਗੇ ਹਾਂ ਇਸ ਤਰ੍ਹਾਂ ਪੁਰਾਣੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਕਿ ਚੁੱਲ੍ਹੇ ਬਣਾਏ ਹੁੰਦੇ ਸੀ ਭੱਠੀਆਂ ਬਣਾਈਆਂ ਹੁੰਦੀਆਂ ਸੀਗੀਆਂ ਇਸ ਤਰ੍ਹਾਂ ਇਹ ਆਪਣੀਆਂ ਜਿੱਦਾਂ ਝੁੰਗੀਆਂ ਹੈਗੀਆਂ ਆ ਇਸ ਤਰ੍ਹਾਂ ਇਹ ਬਣਾਉਂਦੇ ਨੇ ਬਣਾ ਕੇ ਇਹਦੇ ਵਿੱਚ ਜਿਹੜਾ ਦਿਨ ਰਾਤ ਜਿਹੜਾ ਉਹ ਰਹਿੰਦੇ ਹੈਗੇ ਆ ਔਰ ਤੁਸੀਂ ਦੇਖ ਸਕਦੇ ਆ ਕਾਫੀ ਮਤਲਬ
जिस तरह पहाड़ी एरिए ढलानदार बनाई होंगी है ना, उस तरह जिहड़ियां ये झुंगियां वगैरह जिहड़ियां मतलब इन्हां नूं बनांदे हैगे आ। और तुहानूं इह वी नाल दी नाल अज्ज जिहड़ी नवीं चीज़ असीं दिखा रहे हां, नवीं तां नहीं कह सकदे, फिलहाल जिहड़ा कोई चैनल जिहड़ा इन्हां चीज़ां नूं तकरीबन बहुत घट दिखाते आ। असीं कोशिश करदे हां अज्ज तुहानूं इह किस तरह अपना इन्हां दा खाणा दाणा बनदा हैगा आ, किस तरह इन्हां ने जिहदा पुराने समें 'च भट्ठियां बनदियां होंदियां सी बणाईआं होईआं आ, ਉਹ ਸਾਰਾ ਚੁੱਲ੍ਹੇ ਤੁਸੀਂ ਦੇਖ ਸਕਦੇ ਆ ਬਣੇ ਹੋਏ ਹੈਗੇ ਆ। ਇਹ ਪੁਰਾਣੇ ਸਮੇਂ ਦੇ ਵਿੱਚ ਇਹੀ ਚੀਜ਼ਾਂ ਕੰਮ ਆਉਂਦੀਆਂ ਸੀ, ਗੈਸ ਸਿਲੰਡਰ ਸਲੰਡਰ ਤਾਂ ਹੁਣ ਆ ਜਿਹੜੇ ਉਹ ਚੱਲ ਪਏ ਹੈਗੇ ਆ। ਔਰ ਇਹ ਮੰਡੀ ਦਾ ਕੰਮ ਜਿਹੜਾ ਆ ਉਹ ਤੁਸੀਂ ਦੇਖ ਸਕਦੇ ਆ, ਮੰਡੀ ਕੱਚਾ ਕੱਚ ਜਿਹੜੀ ਆ ਉਹ ਭਰੀ ਹੋਈ ਹੈਗੀ ਆ। ਲਿਫਟਿੰਗ ਦਾ ਕੰਮ ਵੀ ਜਿਹੜਾ ਉਹ ਚੱਲ ਰਿਹਾ ਹੈਗਾ, ਤੁਹਾਨੂੰ ਆ ਟਰੱਕ ਵੀ ਜਿਹੜਾ ਉਹ ਜਾਂਦਾ ਦਿਖਾ ਰਹੇ ਹੈਗੇ ਆ। ਇਹ ਕੰਮ ਜਿਹੜਾ ਚੱਲ ਰਿਹਾ ਆ ਮੰਡੀ ਦਾ। ਨਵਾਂਸ਼ਹਿਰ ਦਬਾਬਾ ਯੂਟਿਊਬ ਚੈਨਲ ਤੋਂ ਚੀਫ ਐਡੀਟਰ ਕਸ਼ਮੀਰੀ ਲਾਲ ਕੈਨ ਦੀ ਵਿਸ਼ੇਸ਼ ਰਿਪੋਰਟ। ਇੱਕ ਰਿਕੁਐਸਟ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਤੁਹਾਡੇ ਕੋਲ ਹਰ ਰਿਪੋਰਟ ਜਿਹੜੀ ਆ ਉਹ ਪਹੁੰਚਦੀ ਰਹੇ। ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ, ਕੈਂਤ ਆਯੁਰਵੈਦ ਦਵਾਖਾਨਾ। ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ। ਅਧਰੰਗ, ਕਾਲਾ ਪੀਲੀਆ, ਮੋਟਾਪਾ, ਸ਼ੂਗਰ, ਘਟੇ ਹੋਏ ਸੈੱਲ ਇੱਕ ਦਿਨ ਵਿੱਚ ਪੂਰੇ ਕਰੋ। ਫੋਨ ਕਰੋ 98763 79499।